ਅੱਛਾ ਗੱਲ ਇਹ ਹੈ ਕਿ ਅੱਜ ਕੋਈ ਭਾਸ਼ਣ ਵਾਲਾ ਕੋਈ ਮੌਕਾ ਨਹੀਂ ਹੈ, ਅੱਜ ਸਿਰਫ ਸਦੱਸਤਾ ਅਭਿਆਨ ਜਿਹੜਾ ਹੈ ਉਹਦੇ ਵਰਗਾ ਚਰਚਾ ਹੈ। ਸਾਡੇ ਨੈਸ਼ਨਲ ਜਿਹੜੀ ਐਗਜ਼ੀਕਿਊਟਿਵ ਦੇ ਮੈਂਬਰ ਨੇ ਔਰ ਪੂਰਵ ਪ੍ਰਧਾਨ ਸਾਡੇ ਜੰਮੂ ਕਸ਼ਮੀਰ ਦੇ ਰਹੇ ਨਾ, ਇਹਨਾਂ ਸਾਰੇ ਚਨੈਣੀ ਦੇ ਅੰਦਰ ਸਵਾਗਤ ਕਰਦੇ ਹਾਂ। ਇਹ ਆਪਣਾ ਕੀਰਤੀ ਸਵਾਗਤ ਨਹੀਂ ਹੈ ਅਤੇ ਚਨੈਣੀ ਕਹਿੰਦਾ ਹੈ ਇੱਥੇ ਦੀ ਜਿਹੜੀ ਮੈਂਬਰਸ਼ਿਪ ਡਰਾਈਵ ਜਿਹੜਾ ਸਾਡਾ ਚਲਾ ਕਰਦਾ ਹੈ ਉਸ ਮੈਂਬਰਸ਼ਿਪ ਡਰਾਈਵ 'ਚ ਆਪਣੇ ਸਪੈਸ਼ਲ ਆਈ ਹੈ ਅਤੇ ਇਹਦੇ 'ਚ ਆਪਣਾ ਜਿਹੜਾ ਐਕਸਪੀਰੀਅੰਸ, ਆਪਣਾ ਤਜਰਬਾ, ਆਪਣਾ ਯੋਗਦਾਨ ਕੀ ਸੀ ਮੈਂਬਰਸ਼ਿਪ ਦੇ ਡਰਾਈਵ ਲਈ ਹੋਰ ਬਿਹਤਰ ਤਰੀਕੇ ਨਾਲ ਅਸੀਂ ਇਹ ਚਲਾ ਸਕਦੇ ਹਾਂ। ਮੈਂ ਪਤਾ ਹੈ ਕਿ ਸਾਡੀ ਸਾਰੀ ਟੀਮ ਜਿਹੜੀ ਹੈ ਇਸ ਲਈ ਗਿਆਨ ਦਾ ਬੜਾ ਸੀਜ਼ਨ ਹੈ, ਜ਼ਿੰਮੇਦਾਰੀ ਦਾ ਵੀ ਸੀਜ਼ਨ ਜਿਹੜਾ ਹੈ ਆਪਣਾ ਲਾਸਟ ਡੇ ਦਾ ਹੈ, ਲੇਕਿਨ ਉਹਦੇ ਬਾਵਜੂਦ ਵੀ ਸਾਡੀ ਸਾਰੀ ਟੀਮ ਜਿਹੜੀ ਹੈ ਉਹ ਬੜੇ ਅੱਛੇ ਤਰੀਕੇ ਨਾਲ ਮੈਂਬਰਸ਼ਿਪ ਜਿਹੜੀ ਚਲਾ ਕਰਦੀ ਹੈ, ਡਰਾਈਵ ਚਲਾ ਕਰਦੀ ਹੈ। ਲੇਕਿਨ ਉਹਦੇ ਉੱਪਰ ਡਿਟੇਲ ਚਰਚਾ ਤੁਹਾਡੇ ਕੰਨੇ ਰਵਿੰਦਰ ਰੈਣਾ ਜੀ ਕਰਨ, ਮਾਨਿਕ ਜੀ ਨੇ ਸ਼ੁਰੂਆਤ ਕੀਤੀ ਜੀ ਕੀਤੀ ਹੈ ਔਰ ਸਾਡੇ ਰਕੇਸ਼ ਮਹਿਤਾ ਜੀ ਪਾਰਟੀ ਦੇ ਸੀਨੀਅਰ ਕਾਰਜਕਰਤਾ, ਸਾਡੇ ਪੂਰਨ ਜੀ ਐਕਸ ਜਿਹੜੇ ਪੂਰਵ ਪ੍ਰਧਾਨ ਸਾਡੇ ਜ਼ਿਲ੍ਹਾ ਦੇ ਔਰ ਸਰਪੰਚ ਵੀ ਹੈ, ਰਕੇਸ਼ ਬੋਧੀ ਜੀ ਸਾਡੇ ਡੀ ਡੀ ਸੀ ਘੋੜੀ ਦੇ, ਸਾਡੇ ਘੋੜੀ ਦੇ ਮੰਡਲ ਦੇ ਅਧਿਕਸ਼ ਸੁਭਾਸ਼ ਜੀ, ਇੱਥੇ ਦੇ ਮੰਡਲ ਦੇ ਅਧਿਕਸ਼ ਬਲਵਾਨ ਜੀ, ਜਗਦੇਵ ਜੱਗਾ ਜੀ ਔਰ ਸਾਡੀ ਭੈਣਾਂ ਪੰਜ ਸਰਪੰਚ ਔਰ ਪਾਰਟੀ ਦੀਆਂ ਜ਼ਿੰਮੇਦਾਰ ਜਿਹੜੀਆਂ ਹਨ ਇਹ ਵੀ ਮੰਚ ਉੱਪਰ ਹਨ ਅਤੇ ਬਾਕੀ ਜਿੰਨੇ ਵੀ ਸਾਡੇ ਦੋ ਦੇ ਅਧਿਕਸ਼ ਔਰ ਸਾਡੇ ਜਿੰਨੇ ਵੀ ਸਾਡੇ ਸ਼ਕਤੀ ਕੇਂਦਰ ਹਨ, ਸਾਡੇ ਮੋਰਚੇ ਦੇ ਅਧਿਕਸ਼, ਸਾਡੇ ਮੰਡਲ ਦੀ ਟੀਮ ਔਰ ਜਿੰਨੇ ਵੀ ਬਾਕੀ ਕਾਰਜਕਰਤਾ ਜਿੰਨੇ ਜਿੰਨੇ ਪਰ ਜਿਹੜੀ ਜਿਹੜੀ ਜ਼ਿੰਮੇਵਾਰੀ ਹੈ ਉਸ ਆਏ ਨੇ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਜ਼ਿਆਦਾ ਕੁਛ ਨਹੀਂ ਆਖਣਾ ਹੈ ਕਿਉਂਕਿ ਮੇਨ ਜਿਹੜਾ ਅਸੀਂ ਇਹਦੇ ਕੋਲ ਕੇ ਜਿਹੜਾ ਤਜਰਬਾ ਲੈਣਾ ਹੈ, ਐਕਸਪੀਰੀਅੰਸ ਲੈਣਾ ਔਰ ਇਹਦੇ ਕੋਲ ਹੈ ਅਸੀਂ ਚਾਰ ਚੀਜ਼ਾਂ ਨਵੀਆਂ ਸਿੱਖਣੀਆਂ ਕਿ ਕਿਸ ਤਰੀਕੇ ਕਨੇ ਅਸੀਂ ਇਸੀ ਮੈਂਬਰਸ਼ਿਪ ਡਰਾਈਵ ਕੀ ਔਰ ਵਧੀਆ ਬਿਹਤਰ ਤਰੀਕੇ ਕਨੇ ਚਲਾਈ ਸਕਦੇ ਹਾਂ। ਤੇ ਬਾਕੀ ਸਾਰੇ ਸਾਥੀ ਕੀ ਮੈਂ ਇਹ ਆਪਣਾ ਚਾਹਾਂਗੇ ਇਹ ਮੈਂਬਰਸ਼ਿਪ ਡਰਾਈਵ ਜਿਹੜਾ ਸਾਡਾ ਅਗਲੇ ਮਹੀਨੇ ਦੀ 6 ਤਰੀਕ ਤੱਕ ਚੱਲਣਾ, ਉਹਦੇ ਪੂਰੇ ਜ਼ੋਰ ਲੈ ਕੇ ਜੇ ਉਹਦੇ ਦੱਸਣ ਕਿ ਮੈਂਬਰਸ਼ਿਪ ਕਰਨੇ ਦਾ ਅਸੀਂ ਬੈਨੀਫਿਟ ਕੀ ਹੈ, ਫਾਇਦਾ ਕੀ ਹੈ ਔਰ ਉਹਦੇ 'ਚ ਅਸੀਂ ਆਪਣੇ ਆਪ ਕੇ ਉੱਤੇ ਪਾਰਟੀ 'ਚ ਕਿਸ ਤਰੀਕੇ ਕਨੇ ਜਗ੍ਹਾ ਬਣਾਈ ਸਕਦੇ ਹਾਂ ਔਰ ਬਾਕੀ ਲੋਕੀ ਦੀ ਪਾਰਟੀ ਦਾ ਕੰਡਾ ਕਿਸ ਤਰੀਕੇ ਕਨੇ ਜੁੜ ਸਕਦੇ ਹਾਂ। ਤੁਸੀਂ ਡਰਾਈਵ ਕਿਸੇ ਚਲਾਉਣਾ ਹੈ ਔਰ ਮੈਂ ਕੀ ਹੈ ਮੇਲ ਕਰਨਾ ਕਿ ਜੀ ਹਾਂ ਜ਼ਿਲ੍ਹਾ ਉਦਮਪੁਰ ਦੇ ਅੰਦਰ ਵੋਟੀ ਦੀ ਜਿਹੜੀ ਸਾਰੇ ਕੋਲ ਵੋਟ ਜਿਹੜੇ ਟਾਪਰ ਹੋਣੇ 'ਚ ਨੰਬਰ 1 ਜਿਹੜਾ ਸ਼੍ਰੇਣੀ ਵਿਧਾਨ ਸਭਾ ਖੇਤਰ ਰਿਹਾ ਔਰ ਇਹ ਮੈਂ ਮੇਲ ਕਰਨਾ ਕਿ ਸਾਡਾ ਜਿਹੜੀ ਮੈਂਬਰਸ਼ਿਪ ਡਰਾਈਵ ਹੋਣੀ ਹੈ ਉਹਦੇ ਵੀ ਸਾਡਾ ਸ਼੍ਰੇਣੀ ਵਿਧਾਨ ਸਭਾ ਖੇਤਰ ਜਿਹੜਾ ਹੈ ਟਾਪਰ ਦਾ ਕਰਾਉਣਾ ਹੈ ਕਿਉਂਕਿ ਲਗਭਗ ਸਾਡਾ 48,990 ਵੋਟ ਜਿਹੜਾ ਅਸੀਂ ਕੀਤੇ ਦਾ ਚਨੈਣੀ ਵਿਧਾਨ ਸਭਾ ਖੇਤਰ ਦਾ ਭਾਰਤੀ ਜਨਤਾ ਪਾਰਟੀ ਕੀ ਪਿਆ ਔਰ ਇਹਦੇ ਦੂਏ ਤ੍ਰੀਏ ਚੌਥੇ ਨੰਬਰ ਬਾਕੀ ਸੀਟਾਂ ਰਹੀਆਂ ਔਰ ਵੈਸੇ ਵੀ ਚੌਥੇ ਨੰਬਰ ਪਰ ਪੂਰੇ ਜੰਮੂ ਕਸ਼ਮੀਰ ਜਿਹੜੇ ਤੁਹਾਡੇ ਵਿਧਾਨ ਸਭਾ ਜਿਹੜੇ 48,990 ਜਿਹੜੇ ਵੋਟ ਗਏ ਨਾ ਚੌਥੇ ਨੰਬਰ ਪਰ ਨਾ ਕੋਈ ਸਸਤਾ ਉਸੇ ਸਮੇਂ ਦੀ ਸਾਡੀ ਮੈਂਬਰਸ਼ਿਪ ਹੈ ਅਤੇ ਉਸੇ ਸਮੇਂ ਦਾ ਸਾਡਾ ਇਹ ਜਿਹੜਾ ਅਭਿਆਨ ਮੈਂਬਰਸ਼ਿਪ ਦਾ ਸਦੱਸਿਆ ਦਾ ਅਭਿਆਨ ਚੱਲਿਆ ਤਾਂ ਕਿ ਦਿੱਲੀ ਜੀ ਉਗਲੀ ਚਰਚਾ ਹੋਈ ਇਹ ਵੀ ਚਰਚਾ ਹੋਇਆ ਕਿ ਬਾਕੀ ਚਨੈਣੀ ਘੋੜੀ ਜਿਹੜੀ ਹੈ ਵਿਧਾਨ ਸਭਾ ਇੱਥੇ ਦੇ ਕਾਰਜਕਰਤਾ ਕਿੰਨੇ ਸੱਚੇ ਹਨ, ਕਿੰਨੇ
ਮਿਹਨਤੀ ਨੇ ਔਰ ਕਿੰਨੇ ਬਿਹਤਰ ਤਰੀਕੇ ਕੰਨੇ ਪਾਰਟੀ ਦੇ ਜਿਹੜੀ ਸਦੱਸਿਆ ਅਭਿਆਨ ਚਲਾ ਕਰਦੇ ਨੇ। ਬਾਕੀ ਦੀਆਂ ਕਰਾਉਣਾ ਜਿਹੜਾ ਸਾਡਾ ਕਿਸੇ ਦਾ ਕੰਮੇ ਕਾਜੇ ਦਾ ਮਸਲਾ ਹੈ ਤੇ ਤੁਸੀਂ ਦੇਖਾ ਦੇ ਕਿ ਪੰਚਾਇਤ ਪ੍ਰਤੀ ਅਸੀਂ ਪਲਾਨ ਕੀਤੇ ਦਾ ਤਕਰੀਬਨ ਪੰਚਾਇਤ ਚ ਹੋਈ ਹੈ ਔਰ ਹੁਣ ਅਸੀਂ ਮੋੜੇ ਪ੍ਰਤੀ ਜਾਣਾ ਹੈ ਮੋੜੇ ਚ ਜਾਈਏ ਔਰ ਜਿਹੜੀ ਸਮੱਸਿਆ ਸੁਣਨ ਦੇ ਦੇਖਣ ਦੇ ਔਰ ਉਹਦਾ ਸਮਾਧਾਨ ਜਿਹੜਾ ਪਾਰਟੀ ਦੀ ਸਾਰੀ ਟੀਮ ਕੰਨੇ ਮਿਲੀ ਹੈ ਇੱਥੇ ਦੀ ਜਿਹੜੀ ਜਨਰਲੀ ਦੀ ਜਿਹੜੀ ਪੂਰੀ ਵਿਧਾਨ ਸਭਾ ਦੀ ਟੀਮ ਹੈ ਜ਼ਿਲ੍ਹਾ ਦੀ ਟੀਮ ਹੈ ਸਟੇਟ ਦੀ ਟੀਮ ਹੈ ਸੈਂਟਰ ਦੀ ਟੀਮ ਹੈ ਸਭਨੇ ਕੰਨੇ ਮਿਲੀ ਜੁਲੀ ਹੈ ਅਸੀਂ ਇਸ ਜਿਹੜਾ ਇਲਾਕੇ ਦੀ ਸਮੱਸਿਆ ਹੈ ਉਹਦਾ ਸਮਾਧਾਨ ਅਸੀਂ ਕੱਢਣਾ ਹੈ। ਲੇਕਿਨ ਇੱਕ ਚਰਚਾ ਮੈਂ ਪ੍ਰਧਾਨ ਜੀ ਪੂਰੇ ਪ੍ਰਧਾਨ ਜੀ ਸਾਡੇ ਪ੍ਰਧਾਨ ਇੱਕ ਚਰਚਾ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਇੱਕ ਤੁਹਾਡੀ ਅਸੀਂ ਐਮ ਜੀ ਆਈ ਦੀ ਪਾਰਟੀ ਲੈਵਲ ਉੱਪਰ ਸਾਡਾ ਇੱਕ ਵੱਡਾ ਮੇਨ ਮੁੱਦਾ ਹੈ ਬਾਕੀ ਸਮੱਸਿਆ ਜਿਹੜੀਆਂ ਅਸੀਂ ਹੈਂਡਲ ਕਰ ਲੈਂਦੀਆਂ ਹਨ। ਇੱਕ ਸਮੱਸਿਆ ਕੀ ਹੈ ਕਿ ਜਿਹੜਾ ਸਾਡਾ ਟਨਲ ਬਣਿਆ ਚਨੈਲੀ ਨੈਸ਼ਨਲ ਟਨਲ ਬਣਿਆ ਜਿੰਦਰ ਜੀ ਉਸ ਟਨਲ ਕੰਨੇ ਕੀ ਹੋਇਆ ਸਾਡਾ ਖੁਦ ਕੱਲਾ ਪਚੋਤ ਜਿਹੜਾ ਬਾਦਾ ਦੀਆਂ ਤਿੰਨ ਪੰਚਾਇਤਾਂ ਝੇਡੀ ਇੱਧਰ ਇਹ ਪੂਰਾ ਇਲਾਕਾ ਸਾਡਾ ਡਰਾਈ ਹੋਈ ਆ ਸਾਡੇ ਸੋਚ ਟੋਟਲ ਡਰਾਈ ਹੋਈ ਅੱਜ ਪਾਣੀ ਦੀਆਂ ਸਕੀਮਾਂ ਚਲਾਉਣੀਆਂ ਕਰੋੜੇ ਦੀਆਂ ਸਕੀਮਾਂ ਚਲਾਉਣੀਆਂ ਪਾਈਪਾਂ ਵਿਛਾਉਣੀਆਂ ਸੋਚ ਕੇ ਕੋਈ ਨਹੀਂ ਹੈ ਸਾਡੀਆਂ 8-10 ਪੰਚਾਇਤਾਂ ਨਾ ਜਿਹਦੇ ਚ ਪਾਣੀ ਦਾ ਇੰਨਾ ਜ਼ਬਰਦਸਤ ਕ੍ਰਾਈਸਿਸ ਹੈ ਕਿ ਮੈਂ ਵੀ ਅੱਜ ਦੋ ਦਿਨਾਂ ਵਿਜ਼ਿਟ ਕਰਨਾ ਮੇਰੀ ਅੰਦਾਜ਼ਾ ਨਹੀਂ ਹਾਂ ਲੇਕਿਨ ਇੰਨਾ ਜ਼ਬਰਦਸਤ ਕ੍ਰਾਈਸਿਸ ਹੈ ਕਿ ਨਹੀਂ ਆਟੇ ਬਾਕੀ ਵੀ ਹੋਣਾ ਲੇਕਿਨ ਇੱਥੇ ਬਹੁਤ ਜ਼ਬਰਦਸਤ ਕ੍ਰਾਈਸਿਸ ਹੋਏਗਾ ਕਿਉਂਕਿ ਟਨਲ ਦੀ ਵਜ੍ਹਾ ਕੰਨੇ ਸਾਡੇ ਸਾਰੇ ਸੋਰਸ ਜਿਹੜੇ ਡਿਪਲੀਟ ਹੋਈ ਹੈ ਸੋਰਸ ਸੁੱਕੀ ਹੈ ਬੋਲੀਆਂ ਸੁੱਕੀਆਂ ਤਲਾਹ ਸੁੱਕੀ ਹੈ ਜਿੰਨੇ ਨਾੜੂ ਹੈ ਉਹ ਸੁੱਕੀ ਹੈ। ਇਹਦੇ ਪਾਰਟੀ ਦੀ ਤਰਫੇ ਦਾ ਅਸੀਂ ਚਾਹੀਦਾ ਕਿ ਇਹ ਨੈਸ਼ਨਲ ਵੈਲੀ ਅਥਾਰਟੀ ਐਨਐਚਏਐਲਈ ਸੇ ਦਿੱਲੀ ਬੰਦਾ ਹੋਇਆ ਗੜਕਰੀ ਜੀ ਕੰਨੇ ਤੁਹਾਡਾ ਪੂਰੀ ਪਾਰਟੀ ਤਰਫੇ ਦਾ ਖਾਸ ਕਰ ਤੁਹਾਡਾ ਯੋਗਦਾਨ ਚਾਹੀਦਾ ਉਹਨਾਂ ਨੇ ਵੱਖਰੀ ਬੈਠਕ ਹੋਇਆ ਨੈਸ਼ਨਲ ਲੈਵਲ ਡਿਊਟੀ ਲਾਈਜ਼ਰ ਭਾਈ ਜਿਹੜਾ ਸੋਰ ਸੁੱਕੇ ਦਾ ਇਹਦਾ ਆਲਟਰਨੇਟਰ ਸੀ ਕੱਢੀ ਦੇ ਪਾਣੀ ਅਸੀਂ ਕਿੱਥੋਂ ਆਉਣੀ ਦੇਣਾ ਔਰ ਬੈਂਕਾਂ ਨੇ ਜਿਹੜੀ ਸਕੀਮਾਂ ਬਣਾਉਣੀਆਂ ਉਹ ਸਕੀਮਾਂ ਤਹਿਤ ਪਾਣੀ ਦੇ ਮਤਲਬ ਉਹ ਨਾਲ ਸੋਚ ਕੇ ਸਾਰੇ ਸੁੱਕੀ ਦੇਣ ਤੇ ਜਿਹਦੇ ਲਈ 7-8 ਸਾਲ ਦੀ ਪ੍ਰੋਬਲਮ ਡੇ ਬਾਈ ਡੇ ਵਧਾ ਕਰਦੀ ਹੈ ਔਰ ਅੱਜ ਉਸ ਡੋਗਰੇ ਦੇ ਉੱਪਰ ਜਾ ਕੇ ਲੋਕ ਇੱਕ ਪਾਣੀ ਦੀ ਬੂੰਦ ਅਸਰ ਕਰ ਸਕਦੇ ਸਾਡਾ ਸੰਗੋਲ ਦਾ ਮੱਲ ਹੈ ਸਾਡਾ ਪਚੋਲ ਦਾ ਮੱਲ ਹੈ ਸਾਡਾ ਕਰਲਾ ਦਾ ਮੱਲ ਹੈ ਸਾਡਾ ਮਾਤਾ ਹੈ ਕੁੰਦ ਹੈ ਲੋਰ ਕੁੰਦ ਹੈ ਝਿੜੀ ਹੈ ਕਿੱਧਰ ਹੈ ਬੱਚੇ ਦੇ ਸਕੂਲ ਚ ਡੇਢ ਦੋ ਦੋ ਮਹੀਨਾ ਹੀ ਹੈ ਪਾਣੀ ਆਉਂਦਾ ਹੈ ਇੰਨਾ ਕ੍ਰਾਈਸਿਸ ਹੈ ਇਹਦੇ ਸਿਰ ਤੇ ਤੁਹਾਡੇ ਕੰਨੇ ਵੱਖਰੀ ਚਰਚਾ ਕਰਨੀ ਆ ਔਰ ਇਹਦੇ ਸਿਰ ਸੈਂਟਰ ਦੀ ਵੀ ਯੋਗਦਾਨ ਚਾਹੀਦਾ ਕਿ ਸੈਂਟਰ ਦੀ ਪਾਵਰ ਜਿਹੜੀ ਮਿਨਿਸਟਰੀ ਹੈ ਜਿਹੜੀਆਂ ਸਾਡੇ ਗੜਕਰੀ ਸਾਹਿਬ ਨੇ ਉਹਨੇ ਵੀ ਨਹੀਂ ਆਖੀ ਹੈ ਕਿ ਟਨਲ ਵਾਲੇ ਵੀ ਬਣਨਾ ਪਾਉਣਾ ਟਨਲ ਵਾਲੇ ਸੀ ਟੈਂਕਰ ਕੰਨੇ ਸਪਲਾਈ ਦਿੱਤੇ ਪਿਛਲੇ 2 ਸਾਲ ਦੀ ਉਹ ਵੀ ਬੰਦ ਕੀਤੀ ਨਹੀਂ ਹੈ ਇਹ ਚਰਚਾ ਇੱਥੇ ਕਰਨ ਵਾਲੀ ਨਹੀਂ ਹੈ ਦਫ਼ਤਰ ਗਈ ਹੈ ਕਰਕੇ ਉਹ ਜਿੱਥੇ ਦਿੱਲੀ ਦਾ ਯੋਗਦਾਨ ਤੁਹਾਡੇ ਥਰੂ ਚਾਹੀਦਾ ਉਹਦੇ ਇਸ ਤੁਹਾਡਾ ਯੋਗਦਾਨ ਚਾਹੀਦਾ ਬਾਕੀ ਮੈਂ ਇੱਕ ਵਾਰ ਵੀ ਰਜਿੰਦਰ ਰੈਣਾ ਜੀ ਦਾ ਹਾਰਦਿਕ ਅਭਿਨੰਦਨ ਕਰਨਾ ਚਾਹੁੰਦੇ ਦੇ ਅੰਦਰ ਔਰ ਪਾਰਟੀ ਦੇ ਸਾਰੇ ਕਾਰਜਕਰਤਾ ਜਿਹਨੇ ਜਿੰਨਾ ਮਿਹਨਤ ਕਰੀ ਹੈ ਔਰ ਜਿੱਤ ਹਾਸਲ ਕੀਤੀ ਔਰ ਜੇ ਜ਼ਿਆਦਾ ਕਿ ਉਸੇ ਤਰੀਕੇ ਕਰਨਾ ਸਰ ਜਿੰਨਾ ਮਿਹਨਤ ਕਰੀ ਹੈ ਇਹ ਸਾਡੇ ਕੋਲ ਜਿਹੜੇ 10-12 ਦਿਨ ਦਾ ਸਮਾਂ ਹੈ ਅਸਾਂ ਨੰਬਰ 1 ਜਿਹੜਾ ਚਨੈਲੀ ਵਿਧਾਨ ਸਭਾ ਦੀ ਮੈਂਬਰਸ਼ਿਪ ਦਾ ਹਿਸਾਬ ਕਰਨਾ ਹੈ ਇਹਦਾ ਅਸੀਂ ਕਰ ਲਈ ਹੈ ਜ਼ਿਆਦਾ ਇਹਦਾ ਅਸੀਂ ਗਰੰਟੀ ਕੇ ਕਰੀ ਜਾਣਾ ਕਿ ਜਿਹੜਾ ਵੀ ਚਰਚਾ ਦੇ ਲਈ ਅੰਦਰ ਹੋਇਆ ਤਾਂ 90 ਦੇ 90 ਮਾਸ਼ੇ ਦੀ ਚਰਚਾ ਹੋਇਆ ਕਿ ਨੰਬਰ 1 ਰਾਏ ਕੋਦਾ ਹੋਇਆ ਮੈਂਬਰਸ਼ਿਪ ਦਾ ਉਹ ਚਨੈਲੀ ਦਾ ਹੋਇਆ। ਬਹੁਤ ਬਹੁਤ ਸ਼ੁਕਰੀਆ ਧੰਨਵਾਦ।